ਕੰਮ ਦੀ ਰਾਜਨੀਤੀ ਜਿੱਤੀ ਆ। ਸਰਦਾਰ ਭਗਵੰਤ ਸਿੰਘ ਮਾਨ ਨੂੰ ਲੋਕਾਂ ਨੇ ਜਿਤਾਇਆ ਤੇ ਜਿਹੜੇ ਵਿਰੋਧੀ ਪ੍ਰੋਪੋਗੰਡੇ ਕਰਦੇ ਉਹਨਾਂ ਸਾਰਿਆਂ ਨੂੰ ਹਰਾਇਆ। ਕਾਰਨ ਕੀ ਦੇਖਦੇ ਹੋ ਵੱਡਾ? ਕਾਰਨ ਜਿਹੜੇ ਕੰਮ ਕੀਤੇ 2.25 ਸਾਲਾਂ ਸਰਦਾਰ ਭਗਵੰਤ ਸਿੰਘ ਮਾਨ ਨੇ, ਲੋਕਾਂ ਨੇ ਉਹਨੂੰ ਫਤਵਾ ਦਿੱਤਾ ਆ। ਬਾਕੀ ਜਲੰਧਰ ਵੈਸਟ ਦੇ ਵਿੱਚ ਜਿਹੜੇ ਪਹਿਲਾਂ MLA ਰਹੇ ਆ, ਭਾਵੇਂ 2 ਸਾਲ ਆ ਪਿਛਲੇ ਤੇ ਉਹ ਤੋਂ ਪਿਛਲੇ, ਨਾ ਕਾਂਗਰਸ ਦੇ MLA ਨੇ ਕੁਝ ਕੀਤਾ ਤੇ ਨਾ ਜਿਹੜਾ 2 ਸਾਲ ਰਿਹਾ ਉਹਨੇ ਕੁਝ ਕੀਤਾ। ਲੋਕਾਂ ਨੂੰ ਪਤਾ ਵੀ ਜਿਹਦੀ ਸਰਕਾਰ ਉਹਦਾ MLA ਬਣਾਵਾਂਗੇ ਤੇ ਸਾਡੇ ਡਿਵੈਲਪਮੈਂਟ ਹੋਊਗੀ, ਤੇ ਪ੍ਰਮਾਤਮਾ ਕਿਰਪਾ ਕਰੇ ਇਹੋ ਸੰਗਤ ਆ। ਇਹ ਸੰਗਤ ਜਾਵੇ ਬੰਦਾ ਅਰਸ਼ ਤੇ, ਸੰਗਤ ਜਾਵੇ ਬੰਦਾ ਫਰਸ਼ ਤੇ। ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਰਸ਼ ਤੇ ਬਿਠਾ ਤਾ। ਜਿਹੜੇ ਦਲ ਬਦਲ ਹੋਇਆ, ਤੁਹਾਨੂੰ ਲੱਗਦਾ ਕਿ ਕਿਤੇ ਕਿਤੇ ਲੋਕਾਂ ਨੇ ਉਹ ਰਾਜਨੀਤੀ ਨਕਾਰੀ? ਬਿਲਕੁਲ, ਦਲ ਬਦਲੂ ਕਰਕੇ ਵੇਖੋ ਕਿੰਨੀਆਂ ਘੱਟ ਵੋਟਾਂ ਪਈਆਂ ਇਹਨਾਂ ਨੂੰ, ਸਾਰਿਆਂ ਨੂੰ ਓਨੀਆਂ, ਸਾਰਿਆਂ ਨੂੰ ਲਾ ਕੇ ਨਹੀਂ ਪਈਆਂ ਜਿੰਨੀਆਂ ਮਹਿੰਦਰ ਭਗਤ ਜੀ ਨੂੰ ਵੋਟਾਂ ਪੈ ਗਈਆਂ। ਦਲ ਬਦਲੀ ਕਾਰਨ ਵੀ ਇਹਨਾਂ ਦੀ ਹਾਰ ਹੋਈ ਹੈ। ਤਾਂ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਜਸ਼ਨ ਦੇ, ਤੁਸੀਂ ਤਸਵੀਰਾਂ ਦੇਖੋ, ਢੋਲ ਇੱਥੇ ਵੱਜ ਰਹੇ ਨੇ, ਆਮ ਆਦਮੀ ਪਾਰਟੀ ਦਫ਼ਤਰ 39 ਦਾ ਇਹ ਤਸਵੀਰਾਂ ਨੇ News 18 ਦੇ ਕੈਮਰੇ ਤੇ, ਔਰ ਮਾਹੌਲ ਜਿਹੜਾ ਪੂਰਾ ਜਸ਼ਨ ਦਾ ਮਾਹੌਲ ਪਾਰਟੀ ਦਫ਼ਤਰ ਵਿੱਚ, ਪਾਰਟੀ ਦਫ਼ਤਰ ਵਿੱਚ ਜਿਹੜਾ ਜਸ਼ਨ ਦਾ ਮਾਹੌਲ ਹੈ ਬਣਿਆ ਹੋਇਆ, ਮਿਠਾਈ ਖਿਲਾ ਕੇ ਬਕਾਇਦਾ ਜਸ਼ਨ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਇੱਥੇ, ਢੋਲ ਦੀ ਥਾਪ ਤੇ ਜਿਹੜਾ ਇਹ ਜਸ਼ਨ ਮਨਾਇਆ ਜਾ ਰਿਹਾ। ਔਰ ਪੰਜਾਬ ਦੇ ਕੈਬਨਿਟ ਜਿਹੜੇ ਮੰਤਰੀ ਨੇ ਉਹ ਪਹੁੰਚ ਚੁੱਕੇ ਨੇ, ਚਾਹੇ ਹਰਪਾਲ ਚੀਮਾ ਹੋਣ, ਲਾਲਜੀਤ ਭੁੱਲਰ ਹੋਣ, ਹਰਭਜਨ ਸਿੰਘ ਇੱਕੀ ਹੋਣ, ਹੋਰ ਜਿਹੜੇ ਬਾਕੀ ਲੀਡਰ ਨੇ, ਸਪੋਕਸ ਪਰਸਨ ਨੇ ਬੱਬੀ ਬਾਦਲ ਹੋਣੀ, ਤਮਾਮ ਜਿਹੜੇ ਲੀਡਰ ਨੇ, ਨੀਲ ਗਰਗ ਨੇ, ਉਹ ਇੱਥੇ ਮੌਜੂਦ ਨੇ। ਕੰਮ ਦੀ ਰਾਜਨੀਤੀ ਜਿੱਤੀ ਆ। ਸਰਦਾਰ ਭਗਵੰਤ ਸਿੰਘ ਮਾਨ ਨੂੰ ਲੋਕਾਂ ਨੇ ਜਿਤਾਇਆ ਤੇ ਜਿਹੜੇ ਵਿਰੋਧੀ ਪ੍ਰੋਪੋਗੰਡੇ ਕਰਦੇ ਉਹਨਾਂ ਸਾਰਿਆਂ ਨੂੰ ਹਰਾਇਆ। ਕਾਰਨ ਕੀ ਦੇਖਦੇ ਹੋ ਵੱਡਾ? ਕਾਰਨ ਜਿਹੜੇ ਕੰਮ ਕੀਤੇ 2.25 ਸਾਲਾਂ ਸਰਦਾਰ ਭਗਵੰਤ ਸਿੰਘ ਮਾਨ ਨੇ, ਲੋਕਾਂ ਨੇ ਉਹਨੂੰ ਫਤਵਾ ਦਿੱਤਾ ਆ। ਬਾਕੀ ਜਲੰਧਰ ਵੈਸਟ ਦੇ ਵਿੱਚ ਜਿਹੜੇ ਪਹਿਲਾਂ MLA ਰਹੇ ਆ, ਭਾਵੇਂ 2 ਸਾਲ ਆ ਪਿਛਲੇ ਤੇ ਉਹ ਤੋਂ ਪਿਛਲੇ, ਨਾ ਕਾਂਗਰਸ ਦੇ MLA ਨੇ ਕੁਝ ਕੀਤਾ ਤੇ ਨਾ ਜਿਹੜਾ 2 ਸਾਲ ਰਿਹਾ ਉਹਨੇ ਕੁਝ ਕੀਤਾ। ਲੋਕਾਂ ਨੂੰ ਪਤਾ ਵੀ ਜਿਹਦੀ ਸਰਕਾਰ ਉਹਦਾ MLA ਬਣਾਵਾਂਗੇ ਤੇ ਸਾਡੇ ਡਿਵੈਲਪਮੈਂਟ ਹੋਊਗੀ, ਤੇ ਪ੍ਰਮਾਤਮਾ ਕਿਰਪਾ ਕਰੇ ਇਹੋ ਸੰਗਤ ਆ। ਇਹ ਸੰਗਤ ਜਾਵੇ ਬੰਦਾ ਅਰਸ਼ ਤੇ, ਸੰਗਤ ਜਾਵੇ ਬੰਦਾ ਫਰਸ਼ ਤੇ। ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਰਸ਼ ਤੇ ਬਿਠਾ ਤਾ। ਜਿਹੜੇ ਦਲ ਬਦਲ ਹੋਇਆ, ਤੁਹਾਨੂੰ ਲੱਗਦਾ ਕਿ ਕਿਤੇ ਕਿਤੇ ਲੋਕਾਂ ਨੇ ਉਹ ਰਾਜਨੀਤੀ ਨਕਾਰੀ? ਬਿਲਕੁਲ, ਦਲ ਬਦਲੂ ਕਰਕੇ ਵੇਖੋ ਕਿੰਨੀਆਂ ਘੱਟ ਵੋਟਾਂ ਪਈਆਂ ਇਹਨਾਂ ਨੂੰ, ਸਾਰਿਆਂ ਨੂੰ ਓਨੀਆਂ, ਸਾਰਿਆਂ ਨੂੰ ਲਾ ਕੇ ਨਹੀਂ ਪਈਆਂ ਜਿੰਨੀਆਂ ਮਹਿੰਦਰ ਭਗਤ ਜੀ ਨੂੰ ਵੋਟਾਂ ਪੈ ਗਈਆਂ। ਦਲ ਬਦਲੀ ਕਾਰਨ ਵੀ ਇਹਨਾਂ ਦੀ ਹਾਰ ਹੋਈ ਹੈ। ਤਾਂ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਜਸ਼ਨ ਦੇ, ਤੁਸੀਂ ਤਸਵੀਰਾਂ ਦੇਖੋ, ਢੋਲ ਇੱਥੇ ਵੱਜ ਰਹੇ ਨੇ, ਆਮ ਆਦਮੀ ਪਾਰਟੀ ਦਫ਼ਤਰ 39 ਦਾ ਇਹ ਤਸਵੀਰਾਂ ਨੇ News 18 ਦੇ ਕੈਮਰੇ ਤੇ, ਔਰ ਮਾਹੌਲ ਜਿਹੜਾ ਪੂਰਾ ਜਸ਼ਨ ਦਾ ਮਾਹੌਲ ਪਾਰਟੀ ਦਫ਼ਤਰ ਵਿੱਚ, ਪਾਰਟੀ ਦਫ਼ਤਰ ਵਿੱਚ ਜਿਹੜਾ ਜਸ਼ਨ ਦਾ ਮਾਹੌਲ ਹੈ ਬਣਿਆ ਹੋਇਆ, ਮਿਠਾਈ ਖਿਲਾ ਕੇ ਬਕਾਇਦਾ ਜਸ਼ਨ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਇੱਥੇ, ਢੋਲ ਦੀ ਥਾਪ ਤੇ ਜਿਹੜਾ ਇਹ ਜਸ਼ਨ ਮਨਾਇਆ ਜਾ ਰਿਹਾ। ਔਰ ਪੰਜਾਬ ਦੇ ਕੈਬਨਿਟ ਜਿਹੜੇ ਮੰਤਰੀ ਨੇ ਉਹ ਪਹੁੰਚ ਚੁੱਕੇ ਨੇ, ਚਾਹੇ ਹਰਪਾਲ ਚੀਮਾ ਹੋਣ, ਲਾਲਜੀਤ ਭੁੱਲਰ ਹੋਣ, ਹਰਭਜਨ ਸਿੰਘ ਇੱਕੀ ਹੋਣ, ਹੋਰ ਜਿਹੜੇ ਬਾਕੀ ਲੀਡਰ ਨੇ, ਸਪੋਕਸ ਪਰਸਨ ਨੇ ਬੱਬੀ ਬਾਦਲ ਹੋਣੀ, ਤਮਾਮ ਜਿਹੜੇ ਲੀਡਰ ਨੇ, ਨੀਲ ਗਰਗ ਨੇ, ਉਹ ਇੱਥੇ ਮੌਜੂਦ ਨੇ।